नीमा की स्थानीय शाखा के लिए 2024-26 के कार्यकाल हेतु डॉक्टर एसपी डालिया को सर्वसम्मति से प्रधान चुना गया है। गत दिवस होटल बसंत कॉन्टिनेंटल में आयोजित विशेष बैठक में ये घोषणा की गई। इस बैठक में मुख्य चुनाव अधिकारी डॉक्टर अनिल नागरथ ने डॉक्टर डालिया के नाम की घोषणा के साथ ही अन्य चुने गए पदाधिकारियों के नामों की भी घोषणा की गई। तो वहीं चुनाव प्रक्रिया की जानकारी देते हुए डॉक्टर नागरथ ने बताया कि किन सदस्यों ने चुनाव में नामांकन किया और किन्होंने अपने नाम वापस लिए। डॉक्टर डालिया के निर्विरोध प्रधान चुने जाने पर संगठन के सभी सदस्यों ने उन्हें फूलों के हार पहनाकर बधाई दी और उनके आगामी कार्यकाल के लिए शुभकामनाएं भी दी। तो वहीं नवनिर्वाचित प्रधान डॉक्टर एसपी डालिया ने दैनिक सवेरा से बातचीत करते हुए बताया कि उनकी प्राथमिकता संगठन में अधिक से अधिक सदस्यों को जोड़ने की रहेगी। निम्मा के कार्यकारिणी में चुने गए प्रमुख पदाधिकारी प्रेसिडेंट डॉक्टर एसपी डालिया, सेक्रेटरी डॉक्टर राजीव धवन, डॉक्टर सरबजीत सिंह, डॉक्टर प्रशांत जैसे, डॉक्टर अमित सल्होत्रा, डॉक्टर सुनील कालड़ा, डॉक्टर वरुण अग्रवाल, डॉक्टर दिनेश चक्की, डॉक्टर अश्विनी नरूला, डॉक्टर बीएस भाटिया, डॉक्टर नीरज कालड़ा, डॉक्टर एसएस खोत्रा, डॉक्टर करणवीर, डॉक्टर सुमित कल्याण शामिल रहे। जालंधर से हलचल के लिए कैमरामैन रजनीश शर्मा की रिपोर्ट। हाँ जी, मैं डॉक्टर एसपी डालिया अज NIMA जालंधर का प्रेजिडेंट इलैक्ट होया, ਜਿਹੜਾ ਕਿ ਸਰਵਸੰਮਤੀ ਦੇ ਨਾਲ ਇਲੈਕਸ਼ਨ ਹੋਇਆ ਸੀਗਾ, ਜਿਹਦੇ ਵਿੱਚ 6 ਬੰਦਿਆਂ ਨੇ ਪ੍ਰੈਜ਼ੀਡੈਂਟ ਦਾ ਫੋਰਮ ਭਰਿਆ ਸੀ, ਪਰ ਉਹਨਾਂ ਨੇ ਆਪਣਾ ਨਾਮ ਵਿਦਡਰਾਅ ਕਰਕੇ ਮੈਨੂੰ ਪ੍ਰਧਾਨ ਸੇਵਕ ਹੋਣ ਦਾ ਮੌਕਾ ਦਿੱਤਾ ਹੈ। ਇਸ ਤੋਂ ਇਲਾਵਾ ਮੈਂ 98 ਦੇ ਵਿੱਚ NIMA ਦੇ ਨਾਲ ਜੁੜਿਆ ਸੀ। ਮੈਂ ਅਲੱਗ ਅਲੱਗ ਪੋਸਟਾਂ 'ਤੇ ਕੰਮ ਕਰਦਾ ਹੋਇਆ, PRO, ਫਿਰ ਉਸ ਤੋਂ ਬਾਅਦ ਮੈਂ ਔਰਗਨਾਈਜ਼ਿੰਗ ਸੈਕਟਰੀ ਰਿਹਾ, ਉਸ ਤੋਂ ਬਾਅਦ ਮੈਂ ਸੈਕਟਰੀ ਦਾ ਵੀ ਅਹੁਦਾ ਸੰਭਾਲਿਆ, ਉਸ ਤੋਂ ਬਾਅਦ ਮੈਂ ਜਲੰਧਰ ਦਾ ਕੈਸ਼ੀਅਰ ਵੀ ਰਿਹਾ, ਅਤੇ ਹੁਣ ਮੈਨੂੰ ਇਸ ਵਾਰੀ ਸਾਰੇ ਮੇਰੇ ਸੀਨੀਅਰਸ ਨੇ ਅਤੇ ਮੇਰੇ ਸਾਥੀਆਂ ਨੇ ਮੈਨੂੰ ਮੌਕਾ ਦਿੱਤਾ ਹੈ ਕਿ ਮੈਂ ਹੁਣ ਇਸ ਵਾਰ ਪ੍ਰਧਾਨ ਸੇਵਕ ਬਣ ਕੇ NIMA ਦੀ ਸੇਵਾ ਕਰਾਂ। ਇਸ ਦੇ ਨਾਲ ਹੀ ਮੈਂ ਹੁਣ ਸਾਰਿਆਂ ਦੇ ਜਿਹੜਾ ਵਿਸ਼ਵਾਸ ਮੇਰੇ 'ਤੇ ਜਤਾਇਆ ਹੈ, ਉਸ ਵਿਸ਼ਵਾਸ ਨੂੰ ਮੈਂ ਪੂਰੀ ਤਰ੍ਹਾਂ ਕਾਇਮ ਕਰਾਂਗਾ, ਪੂਰੀ ਤਰ੍ਹਾਂ ਉਹਨਾਂ ਦੇ ਵਿਸ਼ਵਾਸ 'ਤੇ ਖਰਾ ਉਤਰਾਂ। ਇਸ ਲਈ ਮੈਂ ਨੀਮਾ ਦਾ ਜਿੰਨੇ ਵੀ ਅੱਗੇ ਆਉਣ ਵਾਲੀਆਂ ਚੁਣੌਤੀਆਂ ਉਹ ਸਾਰੇ ਕਾਰਿਆਂ ਨੂੰ ਪੂਰਾ ਕਰਦਾ ਹੋਇਆ ਦ੍ਰਿੜ ਨਿਸ਼ਚਿਤਤਾ ਦੇ ਨਾਲ ਇਸ ਔਰ ਆਪਣੀ ਪੂਰੀ ਨਿਸ਼ਠਾ ਦੇ ਨਾਲ ਨੀਮਾ ਦੇ ਲਈ ਕਾਰਿਆ ਕਰਾਂਗਾ। ਜੈ ਨੀਮਾ। ਮੈਂ ਡਾਕਟਰ ਰਾਜੀਵ ਧਵਨ ਅੱਜ ਸਰਬਸੰਮਤੀ ਦੇ ਨਾਲ ਨੀਮਾ ਜਲੰਧਰ ਦਾ ਸੈਕਟਰੀ ਬਣਿਆ। ਮੈਂ ਨੀਮਾ ਨੂੰ 1998 'ਚ ਜੁਆਇਨ ਕੀਤਾ ਸੀਗਾ ਔਰ ਡਿਫਰੈਂਟ ਪੋਸਟ 'ਤੇ ਕੰਮ ਕਰਕੇ ਲਾਈਕ ਔਰਗਨਾਈਜ਼ਿੰਗ ਸੈਕਟਰੀ, ਜੁਆਇੰਟ ਸੈਕਟਰੀ, ਅੱਜ ਮੈਨੂੰ ਸੈਕਟਰੀ ਬਣਨ ਦਾ ਮੌਕਾ ਮਿਲਿਆ। ਮੈਂ ਧੰਨਵਾਦ ਕਰਦਾ ਵਾਂ ਆਪਣੇ ਸਾਰੇ ਸੀਨੀਅਰਸ ਦਾ ਜਿਨ੍ਹਾਂ ਨੇ ਮੈਨੂੰ ਇਸ ਪੋਸਟ ਵਾਸਤੇ ਮੈਨੂੰ ਸਿਲੈਕਟ ਕੀਤਾ। ਮੈਂ ਆਪਣੀ ਪੂਰੀ ਕੋਸ਼ਿਸ਼ ਕਰਾਂਗਾ ਕਿ ਆਉਣ ਵਾਲੇ ਟਾਈਮ 'ਚ ਨੀਮਾ ਦੇ ਵਾਸਤੇ ਜੋ ਵੱਧ ਤੋਂ ਵੱਧ ਕਰ ਸਕਾਂ ਕਰਾਂਗਾ। ਥੈਂਕ ਯੂ। ਨਮਸਕਾਰ ਜੀ, ਮੈਂ ਡਾਕਟਰ ਵਰੁਣ ਅਗਰਵਾਲ, ਮੈਂ ਜਲੰਧਰ ਨੀਮਾ ਦਾ ਕੈਸ਼ੀਅਰ ਚੁਣਿਆ ਗਿਆ। ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਇੱਕ ਇੱਦਾਂ ਦੀ ਐਸੋਸੀਏਸ਼ਨ ਦਾ ਪਾਰਟ ਬਣਿਆ ਜਿਹਦਾ ਨਾਮ ਇੱਕ ਸਟੇਟ ਲੈਵਲ 'ਤੇ ਨਹੀਂ ਇੰਡੀਆ ਲੈਵਲ 'ਤੇ ਜਾਣਿਆ ਜਾਂਦਾ ਹੈ। ਸਾਡੀ ਡਾਕਟਰਸ ਦੀ ਐਸੋਸੀਏਸ਼ਨ ਹਰ ਇੱਕ ਡਾਕਟਰ ਦੇ ਨਾਲ ਹਮੇਸ਼ਾ ਉਹਨਾਂ ਦੇ ਉਤਾਰ ਚੜਾਅ ਦੇ ਵਿੱਚ ਆਲਵੇਜ਼ ਖੜੀ ਹੈ। ਮੈਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਕਿ ਮੇਰੇ ਸੀਨੀਅਰਸ ਨੇ, ਮੇਰੇ ਭਰਾਵਾਂ ਨੇ, ਮੇਰੇ ਭੈਣਾਂ ਨੇ ਮੈਨੂੰ ਸਭ ਨੂੰ ਇਸ ਲਾਇਕ ਸਮਝਿਆ ਕਿ ਮੈਂ ਇਸ ਪੋਸਟ ਕੈਸ਼ੀਅਰ ਦੇ ਲਈ ਖੜਾ ਹੋਇਆ ਸੀ, ਉਹਨਾਂ ਨੇ ਮੈਨੂੰ ਬਣਾਇਆ। ਸੋ ਸਭ ਦਾ ਬਹੁਤ ਬਹੁਤ ਧੰਨਵਾਦ। ਕੋਸ਼ਿਸ਼ ਕਰੂੰਗਾ ਕਿ ਇਸ ਪੋਸਟ ਨੂੰ ਮੈਂ ਜਸਟੀਫਾਈ ਕਰ ਸਕਾਂ।